ਦੇ ਬਾਹਰ ਖੜੀਆਂ ਗੱਡੀਆਂ ਵੀ ਸੇਫ ਨਹੀਂ। ਇਹ ਸਬੂਤ ਦਿੰਦੀਆਂ ਨੇ ਇਹ ਤਸਵੀਰਾਂ। ਜਦੋਂ ਰਾਤ ਦੇ ਨੇਰੇ 'ਚ ਚੋਰ ਆਉਂਦਾ ਹੈ ਤੇ ਬੜੀ ਹੀ ਚਲਾਕੀ ਦੇ ਨਾਲ ਘਰ ਦੇ ਬਾਹਰ ਖੜੀ ਗੱਡੀ ਨੂੰ ਚੋਰੀ ਕਰਕੇ ਰਫੂ ਚੱਕਰ ਹੋ ਜਾਂਦਾ ਹੈ ਅਤੇ ਇਹ ਸਾਰੀ ਘਟਨਾ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਜਾਂਦੀ ਹੈ। ਤਸਵੀਰਾਂ 'ਚ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਚੋਰ ਆਉਂਦਾ ਹੈ, ਬੜੀ ਹੀ ਚਲਾਕੀ ਦੇ ਨਾਲ ਗੱਡੀ ਦਾ ਦਰਵਾਜ਼ਾ ਖੋਲ੍ਹਦਾ ਹੈ, ਜਿਸ ਤੋਂ ਬਾਅਦ ਹੈਂਡ ਬ੍ਰੇਕ ਨੂੰ ਫ੍ਰੀ ਕਰਕੇ ਗੱਡੀ ਨੂੰ ਧੱਕਾ ਮਾਰ ਕੇ ਹੌਲੀ ਹੌਲੀ ਪਿੱਛੇ ਲੈ ਜਾਂਦਾ ਹੈ ਤਾਂ ਜੋ ਆਵਾਜ਼ ਨਾ ਹੋਵੇ। ਘਰ ਤੋਂ ਥੋੜ੍ਹੀ ਦੂਰ ਤੱਕ ਧੱਕਾ ਮਾਰਨ ਤੋਂ ਬਾਅਦ ਗੱਡੀ ਨੂੰ ਸਟਾਰਟ ਕਰਦਾ ਹੈ ਤੇ ਉੱਥੋਂ 1 ਮਿੰਟ ਦੇ ਅੰਦਰ ਅੰਦਰ ਫਰਾਰ ਹੋ ਜਾਂਦਾ ਹੈ। ਮਿਲੀ ਜਾਣਕਾਰੀ ਮੁਤਾਬਿਕ ਇਹ ਘਟਨਾ ਫਗਵਾੜਾ ਦੇ ਖੋਦੜਾ ਰੋਡ ਦੀ ਹੈ। ਕਾਰ ਮਾਲਕ ਨੇ ਕਿਹਾ ਕਿ ਜਦੋਂ ਉਹ ਰੋਜ਼ ਦੀ ਤਰ੍ਹਾਂ ਸਵੇਰੇ ਉੱਠ ਕੇ ਘਰ ਦੇ ਬਾਹਰ ਗਿਆ ਤੇ ਜੋ ਉਸਨੇ ਵੇਖਿਆ, ਜਿਸਨੂੰ ਵੇਖ ਕੇ ਉਸਦੇ ਪੈਰਾਂ ਦੇ ਹੇਠੋਂ ਜ਼ਮੀਨ ਖਿਸਕ ਗਈ ਕਿਉਂਕਿ ਉਸਦੀ ਗੱਡੀ ਆਪਣੀ ਜਗ੍ਹਾ ਤੇ ਨਹੀਂ ਖੜੀ ਸੀ, ਜਿਸ ਤੋਂ ਬਾਅਦ ਕਾਰ ਮਾਲਕ ਨੇ ਪੁਲਿਸ ਨੂੰ ਵੀ ਸ਼ਿਕਾਇਤ ਦਰਜ ਕਰਵਾਈ। ਸੀਸੀਟੀਵੀ ਕੈਮਰੇ ਦੇ ਆਧਾਰ ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਤੇ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ, ਪਰ ਲੋਕ ਬਿਨਾਂ ਰਿਸਕ ਤੋਂ ਆਪਣੀਆਂ ਮਹਿੰਗੀਆਂ ਗੱਡੀਆਂ ਨੂੰ ਆਪਣੇ ਘਰਾਂ ਦੇ ਬਾਹਰ ਪਾਰਕ ਕਰ ਦਿੰਦੇ ਨੇ ਤੇ ਚੋਰਾਂ ਨੂੰ ਚੋਰੀ ਕਰਨ ਦਾ ਮੌਕਾ ਮਿਲ ਜਾਂਦਾ ਹੈ। ਫਿਲਹਾਲ ਇਹ ਤਸਵੀਰਾਂ ਵੇਖ ਕੇ ਉਹ ਲੋਕ ਵੀ ਅਲਰਟ ਹੋ ਜਾਣ ਜੋ ਆਪਣੀਆਂ ਗੱਡੀਆਂ ਨੂੰ ਘਰ ਦੇ ਬਾਹਰ ਖੜੀਆਂ ਕਰਦੇ ਨੇ ਕਿਉਂਕਿ ਅਜਿਹਾ ਤੁਹਾਡੇ ਨਾਲ ਵੀ ਹੋ ਸਕਦਾ ਹੈ। ਹਾਲਾਂਕਿ ਚੋਰ ਇੰਨੇ ਸ਼ਾਤਿਰ ਹੁੰਦੇ ਨੇ ਕਿ ਉਹ ਮਹਿੰਗੀਆਂ ਗੱਡੀਆਂ ਦੇ ਲੋਕ ਵੀ ਆਸਾਨੀ ਨਾਲ ਤੋੜ ਲੈਂਦੇ ਨੇ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੀਆਂ ਗੱਡੀਆਂ ਨੂੰ ਸਹੀ ਜਗ੍ਹਾ ਤੇ ਖੜੀ ਕਰੋ ਜਿੱਥੇ ਤੁਹਾਡੀ ਗੱਡੀ ਸੇਫ ਰਹੇ। ਘਰਾਂ ਦੇ ਬਾਹਰ ਖੜੀਆਂ ਗੱਡੀਆਂ ਵੀ ਸੇਫ ਨਹੀਂ। ਇਹ ਸਬੂਤ ਦਿੰਦੀਆਂ ਨੇ ਇਹ ਤਸਵੀਰਾਂ। ਜਦੋਂ ਰਾਤ ਦੇ ਨੇਰੇ 'ਚ ਚੋਰ ਆਉਂਦਾ ਹੈ ਤੇ ਬੜੀ ਹੀ ਚਲਾਕੀ ਦੇ ਨਾਲ ਘਰ ਦੇ ਬਾਹਰ ਖੜੀ ਗੱਡੀ ਨੂੰ ਚੋਰੀ ਕਰਕੇ ਰਫੂ ਚੱਕਰ ਹੋ ਜਾਂਦਾ ਹੈ ਅਤੇ ਇਹ ਸਾਰੀ ਘਟਨਾ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ 'ਚ ਕੈਦ ਹੋ ਜਾਂਦੀ ਹੈ। ਤਸਵੀਰਾਂ 'ਚ ਤੁਸੀਂ ਸਾਫ਼ ਵੇਖ ਸਕਦੇ ਹੋ ਕਿ ਚੋਰ ਆਉਂਦਾ ਹੈ, ਬੜੀ ਹੀ ਚਲਾਕੀ ਦੇ ਨਾਲ ਗੱਡੀ ਦਾ ਦਰਵਾਜ਼ਾ ਖੋਲ੍ਹਦਾ ਹੈ, ਜਿਸ ਤੋਂ ਬਾਅਦ ਹੈਂਡ ਬ੍ਰੇਕ ਨੂੰ ਫ੍ਰੀ ਕਰਕੇ ਗੱਡੀ ਨੂੰ ਧੱਕਾ ਮਾਰ ਕੇ ਹੌਲੀ ਹੌਲੀ ਪਿੱਛੇ ਲੈ ਜਾਂਦਾ ਹੈ ਤਾਂ ਜੋ ਆਵਾਜ਼ ਨਾ ਹੋਵੇ। ਘਰ ਤੋਂ ਥੋੜ੍ਹੀ ਦੂਰ ਤੱਕ ਧੱਕਾ ਮਾਰਨ ਤੋਂ ਬਾਅਦ ਗੱਡੀ ਨੂੰ ਸਟਾਰਟ ਕਰਦਾ ਹੈ ਤੇ ਉੱਥੋਂ 1 ਮਿੰਟ ਦੇ ਅੰਦਰ ਅੰਦਰ ਫਰਾਰ ਹੋ ਜਾਂਦਾ ਹੈ। ਮਿਲੀ ਜਾਣਕਾਰੀ ਮੁਤਾਬਿਕ ਇਹ ਘਟਨਾ ਫਗਵਾੜਾ ਦੇ ਖੋਦੜਾ ਰੋਡ ਦੀ ਹੈ। ਕਾਰ ਮਾਲਕ ਨੇ ਕਿਹਾ ਕਿ ਜਦੋਂ ਉਹ ਰੋਜ਼ ਦੀ ਤਰ੍ਹਾਂ ਸਵੇਰੇ ਉੱਠ ਕੇ ਘਰ ਦੇ ਬਾਹਰ ਗਿਆ ਤੇ ਜੋ ਉਸਨੇ ਵੇਖਿਆ, ਜਿਸਨੂੰ ਵੇਖ ਕੇ ਉਸਦੇ ਪੈਰਾਂ ਦੇ ਹੇਠੋਂ ਜ਼ਮੀਨ ਖਿਸਕ ਗਈ ਕਿਉਂਕਿ ਉਸਦੀ ਗੱਡੀ ਆਪਣੀ ਜਗ੍ਹਾ ਤੇ ਨਹੀਂ ਖੜੀ ਸੀ, ਜਿਸ ਤੋਂ ਬਾਅਦ ਕਾਰ ਮਾਲਕ ਨੇ ਪੁਲਿਸ ਨੂੰ ਵੀ ਸ਼ਿਕਾਇਤ ਦਰਜ ਕਰਵਾਈ। ਸੀਸੀਟੀਵੀ ਕੈਮਰੇ ਦੇ ਆਧਾਰ ਤੇ ਪੁਲਿਸ ਵੱਲੋਂ ਮਾਮਲਾ ਦਰਜ ਕਰ ਲਿਆ ਗਿਆ ਤੇ ਜਾਂਚ ਕੀਤੀ ਜਾ ਰਹੀ ਹੈ। ਹਾਲਾਂਕਿ ਇਹ ਕੋਈ ਪਹਿਲੀ ਘਟਨਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਅਜਿਹੇ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਨੇ, ਪਰ ਲੋਕ ਬਿਨਾਂ ਰਿਸਕ ਤੋਂ ਆਪਣੀਆਂ ਮਹਿੰਗੀਆਂ ਗੱਡੀਆਂ ਨੂੰ ਆਪਣੇ ਘਰਾਂ ਦੇ ਬਾਹਰ ਪਾਰਕ ਕਰ ਦਿੰਦੇ ਨੇ ਤੇ ਚੋਰਾਂ ਨੂੰ ਚੋਰੀ ਕਰਨ ਦਾ ਮੌਕਾ ਮਿਲ ਜਾਂਦਾ ਹੈ। ਫਿਲਹਾਲ ਇਹ ਤਸਵੀਰਾਂ ਵੇਖ ਕੇ ਉਹ ਲੋਕ ਵੀ ਅਲਰਟ ਹੋ ਜਾਣ ਜੋ ਆਪਣੀਆਂ ਗੱਡੀਆਂ ਨੂੰ ਘਰ ਦੇ ਬਾਹਰ ਖੜੀਆਂ ਕਰਦੇ ਨੇ ਕਿਉਂਕਿ ਅਜਿਹਾ ਤੁਹਾਡੇ ਨਾਲ ਵੀ ਹੋ ਸਕਦਾ ਹੈ। ਹਾਲਾਂਕਿ ਚੋਰ ਇੰਨੇ ਸ਼ਾਤਿਰ ਹੁੰਦੇ ਨੇ ਕਿ ਉਹ ਮਹਿੰਗੀਆਂ ਗੱਡੀਆਂ ਦੇ ਲੋਕ ਵੀ ਆਸਾਨੀ ਨਾਲ ਤੋੜ ਲੈਂਦੇ ਨੇ। ਇਸ ਲਈ ਜ਼ਰੂਰੀ ਹੈ ਕਿ ਤੁਸੀਂ ਆਪਣੀਆਂ ਗੱਡੀਆਂ ਨੂੰ ਸਹੀ ਜਗ੍ਹਾ ਤੇ ਖੜੀ ਕਰੋ ਜਿੱਥੇ ਤੁਹਾਡੀ ਗੱਡੀ ਸੇਫ ਰਹੇ।